ਕੇਵਲ ਗਗਨ ਔਰ ਸ਼ੋਭਾ ਅਸਾ ਤੁਹਾ ਅਲਰਟ ਰਹਿਣਾ ਇੱਥੋਂ ਕਿਸੇ ਨੂੰ ਨੱਠਣ ਨਹੀਂ ਦੇਣਾ ਆਲ ਦਾ ਜਮਨਾ ਦਾਸ ਜੀ ਕਾਂਸਟੇਬਲ ਗਗਨ ਦੇ ਹੁੰਦਿਆਂ ਕੋਈ ਨੱਠ ਕੇ ਤਾਂ ਵੇਖੇ ਮੈਂ ਤਾਂ ਇਹ ਕੀ ਹੋ ਰਿਹਾ ਬਈ ਵਾਟ ਇਜ਼ ਗੋਇੰਗ ਔਨ ਲੇਡੀ ਕਾਂਸਟੇਬਲ ਸ਼ੋਭਾ ਮੁਖਾ ਦੇ ਇਹਨਾਂ ਨੂੰ ਹਾਊਸ ਸਰਚ ਵਾਰੰਟ ਨੋ ਆਫਿਸਰ ਨੋ ਤੁਹਾਨੂੰ ਜ਼ਰੂਰ ਕੋਈ ਮਿਸਅੰਡਰਸਟੈਂਡਿੰਗ ਹੋ ਇਸ ਕਰਜ਼ ਤਾਂ ਮੈਂ ਆਪਣੇ ਲੜਕੇ ਸਵਨ ਸਿੰਘ ਦੀ ਸ਼ਾਦੀ ਕਰਨ ਵਾਲਾ ਯੋਰ ਗੁੱਡ ਨੇਮ ਪਲੀਜ਼ ਸਕੱਤਰ ਸਿੰਘ ਮੈਂ ਹਾਂ ਬੈਂਕ ਆਫਿਸਰ ਮੋਹਿਤ ਸ਼ਰਮਾ ਲੈਟ ਮੀ ਕਲੀਅਰ ਮਿਸਟਰ ਸਕੱਤਰ ਸਿੰਘ ਸਾਨੂੰ ਕੋਈ ਮਿਸਅੰਡਰਸਟੈਂਡਿੰਗ ਨਹੀਂ ਹੋਈ ਇਸ ਘਰ ਦੇ ਵਿੱਚ ਸਾਡੇ ਬੈਂਕ ਦਾ ਇੱਕ ਡਿਫਾਲਟਰ ਰਹਿੰਦਾ ਹੈ ਬੈਂਕ ਡਿਫਾਲਟਰ ਹਾਂ ਸਰਦਾਰਨੀ ਜੀ ਉਹਨੇ ਸਾਡੇ ਬੈਂਕ ਕੋਲੋਂ 1,82,000 ਦਾ ਕਰਜ਼ਾ ਲੈ ਕੇ ਤੇ ਵਾਪਸ ਨਹੀਂ ਉਹ ਮੋੜਿਆ ਤੇ ਬੈਂਕ ਦਾ ਜਿਹੜਾ ਇੰਟਰਸਟ ਹੈ ਨਾ ਉਹਦੇ ਇਲਾਵਾ ਕੌਣ ਹੈ ਤੁਹਾਡੇ ਬੈਂਕ ਦਾ ਡਿਫਾਲਟਰ ਸਰਦਾਰ ਗੁਰਨਿਹਾਲ ਸਿੰਘ ਸਦੋਂ ਸਰਦਾਰ ਗੁਰਪਾਲ ਸਿੰਘ ਆਪਣੇ ਧਰਮ ਸਿੰਘ ਜੀ ਦੇ ਪਿਤਾ ਗੁਰਨਿਹਾਲ ਸਿੰਘ ਮੈਨੂੰ ਵਿਸ਼ਵਾਸ ਨਹੀਂ ਆ ਰਿਹਾ ਕਿਉਂ ਧਰਮ ਸਿੰਘ ਜੀ ਓਏ ਇਹਨੇ ਹੁਣ ਕੀ ਬੋਲਣਾ ਸਕੱਤਰ ਸਿੰਘ ਜੀ ਆਈ ਐਮ ਵੈਰੀ ਸ਼ੋਰ ਕੋਈ ਹੋਰ ਗੱਲ ਹੋਣੀ ਹੈ ਹੋਰ ਗੱਲ ਕੀ ਹੋਣੀ ਓ ਕਾਕਾ ਹੈ ਆ ਵੇਖ ਸਾਡੇ ਕੋਲ ਗੁਰਨਿਹਾਲ ਸਿੰਘ ਦੇ ਵਾਰੰਟ ਗ੍ਰਿਫਤਾਰੀ ਵੀ ਹੈ ਮੈਂ ਬੇਨਤੀ ਕਰਦਾ ਹਾਂ ਮੋਹਿਤ ਸ਼ਰਮਾ ਜੀ ਹੌਲਦਾਰ ਜਮਨਾ ਦਾਸ ਜੀ ਸਾਨੂੰ ਆਗਿਆ ਦਿੱਤੀ ਜਾਏ ਮੈਂ ਆਪਣੀ ਫੈਮਿਲੀ ਨਾਲ ਤੁਰੰਤ ਇੱਥੋਂ ਜਾਣਾ ਚਾਹੁੰਦਾ ਹਾਂ ਉਹ ਜਾਣ ਦੀ ਆਗਿਆ ਵੀ ਮਿਲ ਜਾਓ ਤੁਹਾਨੂੰ ਸਕੱਤਰ ਸਿੰਘ ਜੀ ਪਰ ਇੱਕ ਗੱਲ ਤਾਂ ਦੱਸੋ ਉਹ ਇਸ ਪਰਿਵਾਰ ਤੋਂ ਕਿੱਦਾਂ ਰਿਸ਼ਤਾ ਲੈ ਲਿਆ ਤੁਸਾਂ ਉਹ ਇਹ ਤਾਂ ਪੱਕੇ ਚੋਰ ਆ ਕਈਆਂ ਬੈਂਕਾਂ ਦਾ ਕਰਜ਼ਾ ਇਹ ਹੜੱਪ ਗਏ 500 ਥਾਂ ਹੋਰ ਵੀ ਹੱਥ ਮਾਰਿਆ ਨਾ ਸਟਾਪ ਦਿਸ ਨੌਨਸੈਂਸ ਕਿਉਂ ਝੂਠੇ ਆਰੋਪ ਲਗਾ ਰਿਹਾ ਹੌਲਦਾਰ ਤੂੰ ਇਹਨਾਂ ਸ਼ਰੀਫ ਲੋਕਾਂ ਉੱਤੇ ਉਹ ਤੂੰ ਨੌਨਸੈਂਸ ਤੇ ਛਟਮ ਵੀ ਤੂੰ ਹੈ ਉਹ ਤੇਥੋਂ ਬਹੁਤ ਅੰਗਰੇਜ਼ੀ ਆਉਂਦੀ ਆ ਮੈਨੂੰ ਉਹ ਤੈਨੂੰ ਤਾਂ ਮੈਂ ਇੱਕ ਮਿੰਟ ਚ ਸੂਤ ਕਰ ਲਵਾਂ ਨਾ ਨਾ ਹੌਲਦਾਰ ਜੀ ਨਾ ਇਹਨੂੰ ਕੁਝ ਦਾ ਕਹਿਣਾ ਇਹ ਸਾਡਾ ਬਰੌਰਾ ਹੈ ਗੁਰਨਿਹਾਲ ਸਿੰਘ ਦਾ ਪੁੱਤਰ ਕਰਮ ਸਿੰਘ ਮੈਂ ਹਾਂ ਤੁਸੀਂ ਮੈਨੂੰ ਗ੍ਰਿਫਤਾਰ ਕਰ ਸਕਦੇ ਹੋ ਖਬਰਦਾਰ ਓਏ ਹੌਲਦਾਰਾ ਗੁਰਨਿਹਾਲ ਸਿੰਘ ਦੇ ਹੁੰਦਿਆਂ ਕਿਸੇ ਨੂੰ ਗ੍ਰਿਫਤਾਰੀ ਦੇਣ ਦੀ ਜ਼ਰੂਰਤ ਨਹੀਂ ਲਾ ਲੈ ਮੈਨੂੰ ਅਟਕੜੀ ਹੈ ਚੱਲ ਮੈਨੂੰ ਠਾਣੇ ਮੈਂ ਹਾਂ ਗੁਰਨਿਹਾਲ ਸਿੰਘ ਮੈਂ ਹਾਂ ਅਸਲ ਦੋਸ਼ੀ ਲਾ ਲੈ ਮੈਨੂੰ ਅਟਕੜੀ ਲਾ ਲੈ ਉਹ ਇਸ ਪਰਿਵਾਰ ਤੋਂ ਕਿੱਦਾਂ ਰਿਸ਼ਤਾ ਲੈ ਲਿਆ ਤੁਸਾਂ ਉਹ ਇਹ ਤਾਂ ਪੱਕੇ ਚੋਰ ਆ ਪੱਕੇ ਚੋਰ ਆ ਪੱਕੇ ਚੋਰ ਆ ਲਾ ਲੈ ਮੈਨੂੰ ਅਟਕੜੀ ਚੰਗੀ ਹੋਇਆ ਚੰਗੀ
ਕਰੀਏ, ਇਸ ਜ਼ਿੰਦਗੀ ਨਾਲੋਂ ਮੌਤ ਕਰੀਏ। ਅੱਖਾਂ ਖੋਲ ਤਰਮਿਆਂ ਉਹ ਜਗ੍ਹਾ ਸਿਆ, ਮਸਲਾ ਗੁਨੇਗਾਰ ਤੇ ਬੇਗੁਨਾਹ ਦਾ ਨਹੀਂ ਹੋਆ। ਜੋ ਸਰਕਾਰ ਕਹਿੰਦੀ ਆ ਤੂੰ ਬਸ ਉਹ ਕਰ। ਸਰਕਾਰ ਕਹਿੰਦੀ ਆ ਕਿਸਾਨਾਂ ਨੂੰ ਫੜੋ, ਮਾਰੋ, ਕੁੱਟੋ, ਇਹਨਾਂ ਦੇ ਰਿਸ਼ਤੇਦਾਰਾਂ ਨੂੰ ਚੱਕ ਲਵੋ, ਬੈਂਕਾਂ ਵਾਲਿਆਂ ਨੂੰ ਕਰਜ਼ੇ ਵਸੂਲਣ ਲਈ ਇਹਨਾਂ ਦੇ ਪਿੱਛੇ ਚਾੜ ਦਿਓ। ਜੋ ਮਰਜ਼ੀ ਜੇ ਕਰੋ। ਪਰਦੇਸ ਹੋਇਆ ਪਰਦੇਸ, ਵਤਨਾਂ ਦਾ ਕੀ ਮਾਣ ਕਰਨ ਬੇਵਤਨ ਜੋ ਹੋਏ, ਕੀ ਇਨਸਾਫ ਮੰਗਣਗੇ ਮਾਪੇ ਪੁੱਤ ਜਿਨ੍ਹਾਂ ਦੇ ਮੁਨਸਿਫ ਕਾਲੇ ਵੇ। ਦੇਸ ਹੋਇਆ ਪਰਦੇਸ ਨੀ ਮਾਏ ਸਾਡਾ, ਦੇਸ ਹੋਇਆ ਪਰਦੇਸ।